ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਨਾਨਕ ਝੀਰਾ ਸਾਹਿਬ ਤੋਂ ਆ ਰਹੇ ਮਹਾਨ ਨਗਰ ਕੀਰਤਨ ਦਾ ਪਿੰਡ ਰਖਚੀਤਾ, ਰਾਜੇ ਆਲਾ, ਕ੍ਰਿਸ਼ਨਪੁਰਾ, ਨਿੱਜਰਪੁਰਾ, ਬੰਡਾਲੀ ਡੋਗਰਾ, ਸੁਖਿਆਲਾ, ਮਿਹਰਬਾਨ, ਅਮਰਕੋਟ ਆਦਿ ਪਿੰਡਾਂ ਦੀਆਂ ਸਮੂਹ ਸੰਗਤਾਂ ਵੱਲੋਂ ਆ ਰਹੇ ਨਗਰ ਕੀਰਤਨ ਦਾ ਬੜੀ ਹੀ ਸ਼ਰਧਾ ਨਾਲ ਸਵਾਗਤ ਕੀਤਾ ਗਿਆ ਅਤੇ ਜਗ੍ਹਾ ਜਗ੍ਹਾ 'ਤੇ ਲੰਗਰ ਵੀ ਲਗਾਏ ਗਏ। ਰਿਪੋਰਟ ਜਨ ਕਲਿਆਣ ਟੀਵੀ ਤੋਂ ਰਵਿੰਦਰ ਸਿੰਘ ਗਿੱਲ, ਜੰਡਿਆਲਾ। ਗੁਰੂ ਆਪ ਜੀ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਡੇ 500 ਸਾਲਾਂ ਵਾਲੇ ਜਿਹਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਨਾਨਕ ਝੀਰੇ ਤੋਂ ਤੁਰਿਆ ਹੋਇਆ ਅਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਵਾਲਾ ਹੈ। ਅੱਜ ਉਸ ਥਾਂ 'ਤੇ ਖੜ੍ਹੇ ਹਾਂ, ਪਿੰਡ ਰਾਜੇਵਾਲ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਾਢੇ 500 ਸਾਲ ਦੇ ਸੰਬੰਧ ਵਿੱਚ ਨਗਰ ਕੀਰਤਨ ਇਸ ਮੋੜ ਦੇ ਉੱਤੇ ਪਹੁੰਚ ਰਿਹਾ ਹੈ। ਇਸ ਥਾਂ ਤੇ ਢਾਡੀ ਜਥਾ ਆਪ ਜੀ ਦੇ ਨਾਲ ਵਾਰਾ ਪੇਸ਼ ਕਰ ਰਿਹਾ ਹੈ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਮਿਟ ਤੁੰਦ ਜਗ ਚਾਨਣ ਹੋਵਾ, ਮਿਟ ਤੁੰਦ ਜਗ ਚਾਨਣ। ਪਰੰਪਰਾ ਹੋਈ ਸੀ ਗੁਰੂ ਨਾਨਕ ਪ੍ਰਕਾਸ਼ ਯਾਤਰਾ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਧੀ ਨੂੰ ਉਪਦੇਸ਼ ਲੈ ਕੇ ਚੱਲ ਰਹੀ ਹੈ। ਇਹ 18 ਸਟੇਟਾਂ ਤੋਂ ਹੁੰਦੀ ਹੈ, ਵੱਖ ਵੱਖ ਨਗਰੀਆਂ ਤੋਂ ਹੁੰਦੀ ਹੋਈ ਅੱਜ ਪੰਜਾਬ ਦੀ ਧਰਤੀ, ਪਾਵਨ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਪਹੁੰਚ ਰਹੀ ਹੈ। ਪੰਜਾਬ ਦਿੱਤੀ ਜਾ ਕੇ ਸਟੇਟ ਹੁੰਦਾ ਹੈਗਾ, ਫਿਰ ਅੰਮ੍ਰਿਤ ਵੇਲੇ ਜਿਹੜੇ ਹੈਗੇ 6-7-8-9 ਵਜੇ ਇਹਦੀ ਆਰੰਭਤਾ ਹੋਏਗੀ ਅੱਗੇ ਪੜਾਉਣ ਵਾਸਤੇ। ਅੱਗੇ ਕਿੱਥੇ ਜਾਏਗੀ? ਅੱਗੇ ਤਾਂ ਫਿਰ ਦਿੱਲੀ ਤੋਂ ਉਹਦੀ ਹੋਈ ਕਿ ਗੁਜਰਾਤ, ਮਹਾਰਾਸ਼ਟਰ, ਤੇਲੰਗਾਨਾ ਸਾਰੇ ਸਟੇਟਾਂ ਜੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਵੇ ਜੀ ਕਿ ਆਪਣੇ ਨਗਰ ਰਾਜੇਵਾਲ, ਸੁਖੇਵਾਲ, ਮਾਨਾਵਾਲਾ, ਬਡਾਲੀ ਡੋਗਰਾ ਅਤੇ ਉਧਮਪੁਰਾ, ਮਿਹਰਬਾਨਪੁਰਾ, ਇਹਨਾਂ ਦੀ ਸੰਗਤ ਨੇ ਰਲ ਮਿਲ ਕੇ ਸਹਿਯੋਗ ਕਰਕੇ ਅਤੇ ਸੰਧੂ ਸਾਹਿਬ ਹੋਣਾਂ ਨੇ ਬਹੁਤ ਹੀ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਕੇ ਅਤੇ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਨਾਨਕ ਜੀ ਦੇ ਤੋਂ ਚੱਲਿਆ ਵਾ, ਪਿੰਡਾਂ ਰਾਹੀਂ, ਸ਼ਹਿਰਾਂ ਰਾਹੀਂ, ਵੱਡਿਆਂ ਰੂਟਾਂ 'ਤੇ ਹੁੰਦਾ ਆਉਂਦਾ। ਅੱਜ ਇਹ ਤਰਨ ਤਾਰਨ ਸਾਹਿਬ ਆਏ ਆ, ਆਹੀਂ ਰਾਜੇ ਵਾਲਾ ਪਿੰਡ, ਰਖਚੀਤਾ, ਨਿੱਜਰਪੁਰਾ, ਬਡਾਲੀ, ਮਿਹਰਬਾਨਪੁਰਾ, ਅਮਰਕੋਟ ਰਹੇ ਸਾਰੇ ਪਿੰਡਾਂ ਨੇ, ਸੁੱਖੇ ਵਾਲਾ, ਇਹ ਇਕੱਠਿਆਂ ਹੋ ਗਏ। ਅਸੀਂ ਨਵੇਂ ਬਾਈਪਾਸ ਦੇ ਉੱਤੇ ਆਪਣਾ ਇਹ ਪੰਡਾਲ ਲਾਇਆ ਵਾ ਕਿ ਆਈ ਹੋਈ ਸੰਗਤ ਦਾ ਅਸੀਂ ਸਵਾਗਤ ਕਰ ਸਕੀਏ। ਇਹ ਨਗਰ ਕੀਰਤਨ ਚੱਲਿਆ ਨਾਨਕ ਝੀਰੇ ਤੋਂ ਆ, ਇਹਨੂੰ ਚੱਲੇ ਨੂੰ ਵੀ ਘੱਟ ਤੋਂ ਘੱਟ 1 ਮਹੀਨੇ ਤੋਂ 1.5 ਮਹੀਨੇ ਦੇ ਲਗਭਗ ਹੋ ਗਿਆ ਵਾ। ਹੁਣ ਇੱਥੋਂ ਚੱਲ ਕੇ ਸ੍ਰੀ ਗੁਰੂ ਹਰਿਮੰਦਰ ਸਾਹਿਬ ਪਹੁੰਚੂਗਾ ਅੱਜ ਰਾਤ ਨੂੰ, ਸਵੇਰੇ 23 ਨੂੰ ਇੱਥੋਂ ਇਹ ਚਾਲੇ ਪਾਊਗਾ ਜੰਮੂ ਨੂੰ, ਜੰਮੂ ਜਾਊਗਾ, ਜੰਮੂ ਤੋਂ ਬਾਅਦ ਚੰਡੀਗੜ੍ਹ ਆਊਗਾ, ਚੰਡੀਗੜ੍ਹ ਤੋਂ ਵੀ ਅੱਗੇ ਫਿਰ ਇਹਨੇ ਜਾਂਦੇ ਹੋਏ ਨੇ ਘੱਟ ਤੋਂ ਘੱਟ ਵੀ ਇਹਨੂੰ ਅਜੇ ਅੱਗੇ ਮੇਰੇ ਹਿਸਾਬ ਨਾਲ ਕਿ 3 ਮਹੀਨੇ ਤੋਂ ਅੱਗੇ ਹੋਰ ਸਫ਼ਰ ਲੰਮਾ ਲੱਗ ਜਾਣਾ ਵਾ। ਇਹ 5 ਮਹੀਨੇ ਵਿੱਚ ਫਿਰ ਦੁਬਾਰਾ ਨਾਨਕ ਝੀਰੇ ਪੂਰੇ ਹਿੰਦੁਸਤਾਨ ਦਾ ਇਹ ਜਿਹੜਾ ਵਾ ਪਹਿਲਾ ਆਪਣਾ ਜਿਹੜਾ 550 ਸਾਲਾ ਉਹਦਾ ਪਹਿਲਾ ਨਗਰ ਕੀਰਤਨ ਇਹ ਆਪਣਾ ਨਾਨਕ ਝੀਰੇ ਤੋਂ ਹੁੰਦਾ। ਇਹਦੇ ਸਵਾਗਤ ਵਿੱਚ ਸਾਡੇ ਜਿਹੜੇ 5-7 ਪਿੰਡ ਇੱਥੇ ਇਕੱਠ ਕਰਕੇ ਅਸੀਂ ਜੋ ਵੀ ਸਾਡੇ ਕੋਲ ਖੇਲ ਖੁੱਲ ਸਰਿਆ ਚਲੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। 550 ਸਾਲਾਂ ਨਗਰ ਕੀਰਤਨ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਸਾਡੇ 7 ਪਿੰਡ ਰਲ ਕਰਕੇ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਆ ਔਰ ਲੰਗਰ ਲਾਇਆ ਗਿਆ ਵਾ, ਇਸ ਕਰਕੇ ਸਾਰੀਆਂ ਸੰਗਤਾਂ ਬੜੇ ਹੁੰਮ ਹੁਮਾ ਕੇ ਪੁੱਜੀਆਂ ਨੇ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੈਂ ਰਖਚੀਤਾ ਸਰਪੰਚ, ਸਾਰੇ ਨਗਰ ਦਾ ਔਰ ਨਗਰ ਕੀਰਤਨ ਦਾ।